जय सुते जी राम जी राम।
जिस आसन हम बैठे
ਜਾ
ਸਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਂ ਹਮ ਪੀਵਨਿਆਂ ਡੁਮਣੀ ਜ਼ਿੰਦਗੀ ਹੈ। ਜੇ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਫਿਰ ਇਹ ਜ਼ਿੰਦਗੀ ਇੱਕ ਰਾਖ ਦੀ ਢੇਰੀ ਹੈ। ਦੁਨੀਆਂ ਦੇ ਵਿੱਚ ਆਵਣ ਜਾਣ ਇੱਕ ਖੇਲ ਬਣਾਇਆ ਹੈ, ਆਗਿਆਕਾਰੀ ਕੀ ਨਿਯਮ ਆਇਆ। ਇਹ ਆਉਣ ਦਾ ਤੇ ਜਾਣ ਦਾ, ਜੰਮਣ ਦਾ ਤੇ ਮਰਨ ਦਾ ਕਿਉਂ ਦਾ ਖੇਲ ਹੈ। ਅੱਜ ਸਾਡੇ ਕੋਲ ਹਮੇਸ਼ਾ ਦੇ ਲਈ ਸਵਰਗਵਾਸੀ ਮਾਤਾ ਇੰਦਰਜੀਤ ਕੌਰ ਜੀ, ਜਿੰਨੀ ਵੀ ਸਵਾਸਾਂ ਦੀ ਪੂੰਜੀ ਉਹਨਾਂ ਨੂੰ ਮਿਲੀ ਸੀ ਉਸਨੂੰ ਭੋਗ ਕੇ ਸਤਿਗੁਰਾਂ ਦੇ ਚਰਨਾਂ 'ਚ ਜਾ ਰਾਜੇ ਹਨ। ਪਿੱਛੇ ਉਹਨਾਂ ਦਾ ਸਾਰਾ ਪਰਿਵਾਰ, ਸਰਦਾਰ ਅੰਮ੍ਰਿਤਪਾਲ ਸਿੰਘ ਜੀ ਸਿੱਧੂ, ਸਿੱਧੂ ਸਾਰਾ ਪਰਿਵਾਰ, ਰਿਸ਼ਤੇਦਾਰ ਮਿਲ ਕਰਕੇ ਸਭਨਾਂ ਦੀ ਭਾਵਨਾ ਇੱਕੋ ਅਰਦਾਸ ਹੈ ਕਿ ਗੁਰੂ ਨਾਨਕ ਜਿਉਂ ਜਿਉਂ ਤੇਰਾ ਹੁਕਮ ਤੇਰੇ ਤਿਉਂ ਹੋਗਣਾ,
ਜਹ ਜਹ ਰੱਖਿਆ ਤਹ ਜਾਏ ਕਰੋਨਾ। ਇਹ ਜ਼ਿੰਦਗੀ ਤੇਰੀ ਹੈ, ਜਿੰਨਾ ਟਾਈਮ ਜਿੰਨਾ ਚਿਰ ਤੇਰਾ ਹੁਕਮ ਹੈ ਇਹ ਮਨੁੱਖ ਧਰਤੀ ਤੇ ਰਹੇਗਾ, ਪਰ ਜਦੋਂ ਸਵਾਸ ਖਤਮ ਹੋ ਗਏ ਫਿਰ ਸਭਨਾਂ ਨੂੰ ਜਾਣਾ ਪੈਂਦਾ ਹੈ। ਕੋਈ ਸਰੀਰ ਤੌਰ ਤੇ ਬਿਮਾਰੀ ਹੋ ਜਾਵੇ ਤਾਂ ਡਾਕਟਰ ਕੋਲ ਜਾਈਦਾ ਹੈ ਤੇ ਡਾਕਟਰ ਵੀ ਕਹਿ ਦਿੰਦੇ ਹਨ ਕਿ ਇਲਾਜ ਕਰ ਦੇਵਾਂਗੇ। ਸਰੀਰ ਨੂੰ ਹੌਸਲਾ ਮਿਲ ਜਾਂਦਾ ਹੈ ਕਿ ਸਾਡਾ ਮਨ ਜੋ ਆਦਮੀ ਹੈ, ਸਾਡਾ ਪੇਸ਼ੈਂਟ ਹੈ, ਇਹ ਸਾਡੇ ਕੋਲ ਹੈ। ਪਰ ਇੱਕ ਐਸੀ ਚੀਜ਼ ਹੈ ਮਨੁੱਖ ਕੋਲ ਜੋ ਸਾਰੀ ਜ਼ਿੰਦਗੀ ਜਦੋਂ ਇਹ ਚਲੀ ਜਾਂਦੀ ਹੈ ਨਾ ਫਿਰ ਕੰਮ ਕਰਦਾ ਹੈ। ਕੋਈ ਹੈ ਐਸਾ ਹਕੀਮ, ਕੋਈ ਵੈਦ ਤੇ ਉਹ ਦੋ ਗੱਲਾਂ ਹੀ ਕਰਾ ਦੇਵੇ। ਇਹ ਸਵਾਸਾਂ ਦੀ ਕੀਮਤ ਕੋਈ ਨਹੀਂ ਦੇ ਸਕਦਾ। ਜਿੰਨਾ ਟਾਈਮ ਸਵਾਸ ਹਨ ਤੇ ਡਾਕਟਰ ਵੀ ਦਾਅਵਾ ਕਰਦਾ ਹੈ ਕਿ ਬਚਾ ਲਵਾਂਗੇ, ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਸਵਾਸ ਖਤਮ ਹੋ ਗਏ ਫਿਰ ਕਹਿ ਦਿੰਦੇ ਹਨ ਵੀ ਤੇਰੀ ਤੇਰੀ ਹੈ। ਇਹਦੇ ਵਿੱਚ ਕੁਝ ਨਹੀਂ, ਹਮ ਆਦਮੀ ਹਾਂ, ਇੱਕ ਦਮੀ ਮੁਹਲਤ ਬਹੁਤ ਨਾ ਜਾਣਾ। ਜੇ ਤੇ ਸਵਾਸ ਚੱਲਦੇ ਹਨ ਫਿਰ ਤੇ ਆਦਮੀ ਹੈ, ਜੇ ਸਵਾਸ ਖਤਮ ਹੋ ਗਏ ਫਿਰ ਇਹ ਮਿੱਟੀ ਦੀ ਢੇਰੀ ਹੈ। ਆ ਮਿਲ ਕੇ ਸ਼ਬਦ ਪੜ੍ਹਦੇ ਹਾਂ, ਹਮ ਆਦਮੀ ਹਾਂ, ਇੱਕਦਮੀ ਮੁਹਲਤ ਬਹੁਤ ਨਾ ਜਾਣਾ। ਹਮੇ ਆਦਮੀ ਹਾਂ, ਹਮੇ ਆਦਮੀ ਹਾਂ, ਹਮੇ ਆਦਮੀ ਹਾਂ, ਇੱਕਦਮੀ ਆ
ਸਹਿ ਸਹਿ ਜਾ ਕੇ ਜੀ ਪਰਾਣਾ।
I'm not afraid.
ਮਾਲਕ ਮਾਤ ਨਾ ਜਾਣ, ਮਾਲਕ ਮਾਤ ਨਾ ਜਾਣ, ਨਾਨਕ ਬਿਨਵੈ ਤਿਸੈ ਸਰੇਵਾ, ਜਾ ਕੇ ਜੀ ਪਰਾਣਾ, ਨਾਨਕ ਬਿਨਵੈ ਤਿਸੈ ਸਰੇਵਾ, ਜਾ ਕੇ ਜੀ ਪਰਾਣਾ। ਹਮੇ ਆਦਮੀ ਇਕਦਮੀ, ਹਮੇ ਆਦਮੀ ਇਕਦਮੀ ਦਮੀ, ਹਮ ਆਦਮੀ ਹਾਂ ਇਕਦਮੀ, ਮੁਹਲਤ ਮੁਹਲਤ ਨਾ ਜਾਣਾ। ਮੈਂ ਪਹਿਲੇ ਵੀ ਬੇਨਤੀ ਕੀਤੀ ਸੀ, ਜ਼ਿੰਦਗੀ ਸਾਰੀ ਸਵਾਸਾਂ 'ਤੇ ਖੜੀ ਹੈ, ਇੱਕ ਚਿੱਤ ਜਾਂ ਇੱਕ ਛਿੰਨ ਤੇ ਆਇਓ, ਬਾਲ ਖਾਸ ਕੇ ਵੀ ਸੁਣਾਇਓ। ਸੋ ਅੱਜ ਸਾਡੇ ਕੋਲ ਹਮੇਸ਼ਾ ਦੇ ਲਈ ਸਰੀਰ ਤੌਰ 'ਤੇ ਸਵਰਗਵਾਸੀ ਮਾਤਾ ਇੰਦਰਜੀਤ ਕੌਰ ਜੀ, ਜਿੰਨੇ ਵੀ ਸਵਾਸਾਂ ਦੇ ਪੂੰਜੀ ਗੁਰੂ ਨਾਨਕ ਦੇ ਘਰ ਤੋਂ ਉਹਨਾਂ ਨੂੰ ਮਿਲੀ ਸੀ, ਉਹਨੂੰ ਭੋਗ ਕੇ ਸਤਿਗੁਰਾਂ ਦੇ ਚਰਨਾਂ 'ਚ ਹਮੇਸ਼ਾ ਦੇ ਲਈ ਜਾ ਚੁੱਕੇ ਹਨ। ਪਿੱਛੇ ਉਹਨਾਂ ਦਾ ਪਰਿਵਾਰ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਸਿੱਧੂ, ਸਾਰੇ ਹੀ ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਮਿਲ ਕਰਕੇ ਮਹਾਰਾਜ ਦਾਸ ਰੱਖਿਆ ਹੈ। ਗੁਰਬਾਣੀ ਦਾ ਫਰਮਾਨ ਹੈ, ਬਿਨ ਗੁਰਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹੋ ਵਿਚਾਰ। ਸਾਡੀ ਜੋ ਜ਼ਿੰਦਗੀ ਦੀ ਕਲਿਆਣਤਾ ਕਰਨੀ ਹੈ, ਸਾਨੂੰ ਜਿਹਨੇ ਮੁਕਤ ਕਰਨਾ ਹੈ, ਉਹ ਗੁਰੂ ਨਾਨਕ ਦੇਵ ਦੀ ਬਾਣੀ ਹੈ। ਇੱਕ ਚਿੱਤ ਜੈ ਪਛਾਣ ਤੇ ਆਇਓ, ਕਾਲ ਵਾਸ ਕੇ ਵੀ ਸੁਣਾਇਓ। ਸਤਿਗੁਰੂ ਕਿਰਪਾ ਕਰਨ, ਵਿਛੜੀ ਹੋਈ ਆਤਮਾ ਨੂੰ ਆਪਣੇ ਤਰ੍ਹਾਂ 'ਚ ਨਿਵਾਸ, ਪਿੱਛੇ ਸਾਰੇ ਪਰਿਵਾਰ ਨੂੰ ਭਾਵਨਾਵਾਂ ਦਾ ਵਧਦੇ ਉਦੋਂ ਬਖਸ਼ਣ। ਕੀਰਤਨ ਕਰਦਾ ਕੋਲ ਇੱਕ ਨਹੀਂ, ਅਨੇਕ ਪ੍ਰਕਾਰ ਦੀਆਂ ਭੁਲੰਤੇ ਗਲਤੀਆਂ ਹੋ ਜਾਂਦੀਆਂ ਹਨ। ਆਪ ਸੰਗਤ ਹੋ, ਗੁਰੂ ਬਖਸ਼ਣ ਯੋਗ ਹੈ ਬਖਸ਼ਣ ਜੀ, ਅਮਲ ਕਰਕੇ ਹਨ ਸਭ ਦਾ ਪਾਠ ਕਰਦੇ, ਉਸ ਤੋਂ ਉਪਰੰਤ ਅਰਦਾਸ ਨੇ ਅਨੰਤ ਪਿਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਪਾਇਆ ਮਨ ਬਣਿਆ ਮਾਇਆ, ਸ਼ਬਦ ਗਾਇਆ ਮਨ ਤੇ ਸਦਾ ਹੋ ਹਰਾਲੇ।
ਸਹਾਰੇ ਦਸਾਂ ਪਾਤਸ਼ਾਹੀਆਂ
ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਵਾਲਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਤਲਾਈ ਤੇਗ ਬਾਹੀ ਦੇਖ ਕੇ ਅੰਡ ਕੀਤਾ ਭਾਣਾ ਮੰਨਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ ਤਿੰਨਾਂ ਪਿਆਰਿਆਂ ਸੱਚਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਘਰ ਮੇਰੇ ਸੀਸ ਦਿੱਤੇ ਮਨ ਮਨ ਕਟਾਏ ਗੋਪੀਆਂ ਹਰੀਆਂ ਚੱਕਰੀਆਂ ਦੇ ਚੜਿਆਂ ਨਾਲ ਟਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲਾਂ ਜੀ। ਬਿਰਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵੈ ਕਾ ਸਦਕਾ ਸਰਬ ਜਹਾਂ ਜਹਾਂ ਖਾਲਸਾ ਜੀ ਸਾਹਿਬ ਉਹਨਾਂ ਸਭ ਸਿਆਣਿਆਂ ਦੇਵ ਦੇ ਪਤੇ ਗੁਰਦੀ ਪੈ ਮੰਗ ਕੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲਾਂ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸਾਂ ਰਹਿਤਾਂ ਵਿਵੇਕਾਂ ਸਾਧਾਂ ਪ੍ਰਸਾਦਾਂ ਦਾਨਾਂ ਸਿੱਧਾਂ ਧਰਮ ਕਾ ਜੈਕਾਰ ਖਾਲਸਾ ਜੀ ਬੋਲਾਂ ਜੀ। ਗੁਰ ਸਿੱਖਾਂ ਦਾ ਮਨ ਏਕਾ ਮਤ ਉੱਚੀ ਮਾਪਾ ਧਾਰਕਾ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਕਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ ਸੁਖਰੋ ਨਿਤਾਣਿਆਂ ਦੇ ਤਾਣ ਨਿਓਕਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਭੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸੁਰਗਵਾਸੀ ਮਾਤਾ ਇੰਦਰਜੀਤ ਕੌਰ ਪਤਨੀ ਸਰਦਾਰ ਅਮਰਪਾਲ ਸਿੰਘ ਸਿੱਧੂ ਸੁਰਗਵਾਸੀ ਮਾਤਾ ਇੰਦਰਜੀਤ ਕੌਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦਿਆਂ ਹੋਇਆਂ ਅਕਾਲ ਚਲਾਣੇ ਕਰ ਗਏ ਸਨ। ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਉਹਨਾਂ ਦੇ ਸਮੂਹ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਤਿਗੁਰੂ ਜੀ ਅਬ ਕੀ ਵਾਰ ਬਖਸ਼ ਪਤੇ
ਤਿਨਕੋ ਕਿਰਪਾ ਕਰੀ ਜਗ ਜੀਵਨਾ ਹਰ ਉਰ ਤਾਰਿਓ ਮਨ ਮਾਝਾ ਜਨ ਨਾਨਕ ਲੇਖਾ ਸਮਝਾ ਦਿਲ ਕੋ ਕਿਰਪਾ ਕਰੀ ਜਗ ਜੀਵਨ ਹਰੇ ਉਰ ਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਸਾਰੇ ਜਨ ਨਾਨਕ ਲੇਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਿਰਾਜਮਾਨ ਦੱਸ ਸਕੇ ਜੀ ਵਿਸ਼ੇਸ਼ ਪਿਤਾ ਦੀ ਬਖਸ਼ਿਸ਼ ਕੀਤੀ ਤਦਪਨਾ ਫਤਿਹ ਦੀ ਸਾਂਝ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗਿਲਾ ਪੜ੍ਹਨਾ ਦਸ਼ਮੇਸ਼ ਪਿਤਾ ਨੇ ਸਰਬੰਸ ਵਾਰੇ ਸਾਡੇ ਉਹਨਾਂ ਦੀ ਸਾਜੀ ਹੋਈ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸਾਨੂੰ ਜ਼ਿੰਦਗੀ ਵਿੱਚ ਦਿੱਤੀਆਂ ਅਤੇ ਫਤਿਹ ਵੀ ਸਾਨੂੰ ਉਹਨਾਂ ਨੇ। ਇਹ ਨਾ ਸੋਚਿਆ ਕਰੋ ਕਿ ਬੁਲਾਈ ਕੀ ਹੈ, ਇਹ ਸੋਚੋ ਕਿ ਬੁਲਾਈ ਕੀ ਹੈ। ਮੈਂ ਦੁਬਾਰਾ ਸਾਂਝ ਪਾਉਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਦਾਰਨੀ ਇੰਦਰਜੀਤ ਕੌਰ ਸਿੱਧੂ ਉਹਨਾਂ ਦੀ ਅੰਤਮ ਅਰਦਾਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਕਰਤੱਵ ਹੋਏ ਹੈ। ਬਾਂਗ ਪਿੰਡ ਦੇ ਜੰਮੇ ਜਾਏ ਸੀ ਗੁਰਦੇਵ ਸਿੰਘ ਮਾਨ, ਜਿਹਨਾਂ ਨੂੰ ਪਿਆਰ ਨਾਲ ਬਿਰਲਾ ਕਹਿੰਦੇ ਸੀ। ਬਿਰਲੇ ਦਾ ਮਤਲਬ ਹੋਰ ਨਹੀਂ ਕੋਈ, ਨਿਰਾਲਾ। ਜਿਹਨਾਂ ਨੂੰ ਲੋਕ ਨਾਂ ਰੱਖਦੇ ਹੁੰਦੇ ਨਾ, ਉਹਨਾਂ ਨੂੰ ਬਿਰਲਾ ਕਹਿੰਦੇ ਸੀ। ਬਿਰਲੇ ਦਾ ਮਤਲਬ ਹੋਰ ਕੁਛ ਨਹੀਂ, ਨਿਰਾਲੇ ਸੀ। ਕੁਛ ਲੋਕ ਖੁਦ ਰੰਗ ਹੁੰਦੇ ਆ। ਉਹਨਾਂ ਦੇ ਘਰ ਜੰਮੇ ਜਾਏ ਸੀ ਇੰਦਰਜੀਤ ਕੌਰ ਜੀ। 1978-79 ਦੇ ਵਿੱਚ ਵੂਮੈਨ, ਜਿਹੜਾ ਗਵਰਨਮੈਂਟ ਵੂਮੈਨ ਕਾਲਜ ਹੈ ਚੰਡੀਗੜ੍ਹ, ਉੱਥੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ, ਜਦੋਂ ਲੋਕ ਸੁਪਨਾ ਵੀ ਸੀ ਇਹਨੇ ਪੜ੍ਹਨ। ਬਿਰਲਾ ਮੈਂ ਸ਼ਬਦ ਤਾਂ ਵਰਤਿਆ ਸੀ ਕਿ ਇਹ ਮੈਂ ਕਹਿਣਾ ਸੀ ਕਿ 1900
ਪੁੱਤਰ ਲਾਸੀ ਦੇ ਵਿੱਚ ਉਹਨਾਂ ਨੇ ਉੱਥੇ ਗ੍ਰੈਜੂਏਸ਼ਨ ਕੀਤੀ। 80 ਦੇ ਵਿੱਚ ਵਿਆਹ ਹੋ ਜਾਂਦਾ ਹੈ ਸਰਦਾਰ ਅੰਮ੍ਰਿਤਪਾਲ ਸਿੰਘ ਬਰਾੜ ਹੋਣ ਦੇ। ਸਫ਼ਰ ਇੱਥੇ ਹੀ ਮੈਂ ਕਹੂੰਗਾ ਕਿ ਸਫ਼ਰ ਵਧੀਆ ਸੀ। ਉਦੋਂ ਬਾਅਦ ਉਹਨਾਂ ਨੇ ਡਬਲ ਐਮ ਏ ਕੀਤੀ, ਐਮ ਫਿਲ ਕੀਤੀ, ਲੈਬਰੇਰੀਅਨ ਦੀ 20 ਸਾਲ ਦਸ਼ਮੇਸ਼ ਗਰਲਸ ਕਾਲਜ ਬਾਦਲ ਸਰਵਿਸ ਕੀਤੀ ਅਤੇ ਉੱਥੋਂ ਉੱਥੇ ਉਹਨਾਂ ਨੇ ਚਾਨਣ ਛਿੱਟਾ ਮਾਰਿਆ, ਉਹ 'ਚ ਹਿੱਸਾ ਪਾਇਆ ਕਿ ਉਦੋਂ ਵੀ ਲੋਕ ਕੁੜੀਆਂ ਨੂੰ ਪੜ੍ਹਨ ਲਈ ਉਹਨਾਂ ਉਤਸ਼ਾਹਿਤ ਨਹੀਂ ਸੀ ਕਰਦੇ ਕਿ ਉਹਨਾਂ ਲੋਕਾਂ 'ਚ ਸੀਗੇ ਜਿਹਨਾਂ ਨੇ ਉਤਸ਼ਾਹ ਪਾਇਆ। ਔਰਤ ਦੀ ਜ਼ਿੰਦਗੀ 'ਚ ਤਿੰਨ ਪੱਪੇ ਹੁੰਦੇ ਆ, ਪਿਤਾ, ਪਤੀ ਅਤੇ ਪੁੱਤਰ ਕਿਹਾ ਜਾਂਦਾ। ਪਰ ਇਹਨਾਂ ਨੇ ਧੀ ਨੂੰ ਓਲੰਪੀਅਨ ਬਣਾਇਆ। ਹੁਣ ਮੈਂ ਉੱਥੇ ਆਉਂਦਾ, ਕਹਿੰਦੇ ਨਾ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕੈ ਸੂਲ ਨਾ ਹੀ ਤੋ ਜਨਨੀ ਬੰਦ ਰਹੇ ਕਾਹੇ ਗਵਾਲਾ ਲੂੜ। ਸਾਡੇ ਪੁਰਖਿਆਂ ਨੇ ਐਡੀ ਵੱਡੀ ਮਾਨਸਿਕਤਾ ਜਾਂ ਮਨੋਵਿਗਿਆਨ ਨਾਲ ਭਰੀ ਗੱਲ ਕਹਿਤੀ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹਦੀ ਮਾਨਸਿਕ ਅਵਸਥਾ ਕਿਹੋ ਜਿਹੀ, ਸਾਇੰਸ ਤਾਂ ਅੱਜ ਕਹਿੰਦੇ ਵੀ ਖੁਸ਼ ਰਹੋ, ਤਸਵੀਰਾਂ ਲਾ ਕੇ ਰੱਖੋ। ਇੱਕ ਓਲੰਪੀਅਨ ਨੂੰ ਉਹਨਾਂ ਨੇ ਸਰੀਰਕ ਤੌਰ 'ਤੇ ਵੀ ਅਤੇ ਮਾਨਸਿਕ ਤੌਰ 'ਤੇ ਵੀ ਜਨਮ ਦਿੱਤਾ। ਅੱਗੇ ਆ ਜਾਂਦੀ ਹੈ ਕਿ ਫਾਦਰ ਦਾ ਕਿੱਡਾ ਵੱਡਾ ਹੱਥ ਹੁੰਦਾ ਹੈ ਪਰਿਵਾਰ ਦੇ। ਇੱਕ ਸੁਮੇਲ ਸੀ ਜਿਹੜਾ 42 ਸਾਲ ਰਿਹਾ, ਉਹ ਕਹਿੰਦੇ ਸੀ ਕਿ ਕਦੇ ਮੌਕਾ ਲੱਗਣਾ ਤਾਂ ਮੈਂ ਜਾਣਾ, ਇਹਨਾਂ ਨੇ ਘਰ ਸੰਭਾਲਣਾ, ਕਦੇ ਉਹਨਾਂ ਨੇ ਜਾਣਾ। ਓਲੰਪਿਕ ਸਿਖਰ ਹੈ ਸਪੋਰਟਸ ਦਾ, ਉੱਥੋਂ ਤੱਕ ਆਪਦੀ ਧੀ ਨੂੰ ਲੈ ਕੇ ਗਈ। ਪਿਤਾ ਦਾ ਵੀ ਮੈਂ ਉਹ ਰੋਲ ਕਹੂੰਗਾ ਕਿ ਅਜੀਜ਼ ਤਾਂ ਰੱਖਦਾ ਹੈ ਉਹ ਮੁਝੇ ਲਗੇ ਜਾਣ ਸੇ, ਮੇਰਾ ਬਾਹ ਕੰਮ ਨਹੀਂ ਮੇਰੇ ਮਾਂ ਸੇ, ਮੇਰੇ ਹਿਸਾਬ ਨਾਲ ਐਡਾ ਰੋਲ ਉਹਨਾਂ ਦਾ ਵੀ ਹੈ। ਨਾਲ ਨਾਲ ਡਬਲ ਐਮ ਏ ਕੀਤੀ, ਐਮ ਫਿਲ ਕੀਤੀ, 20 ਸਾਲ ਲਾਇਬ੍ਰੇਰੀਅਨ ਦਾ ਜਿਹੜਾ ਕੰਮ ਕੀਤਾ ਉਹਦੇ ਵਿੱਚ ਆਪਦੇ ਸਟਾਫ ਨੂੰ ਨੇੜੇ ਤੇੜੇ ਨੂੰ ਕਿਹਾ ਜਦੋਂ ਮੈਂ ਪੜ੍ਹ ਸਕਦੀ ਹਾਂ ਵਿਆਹ ਤੋਂ ਬਾਅਦ। ਐਜੂਕੇਸ਼ਨ ਨੂੰ ਪ੍ਰਮੋਟ ਕੀਤਾ, ਬੱਚਿਆਂ ਨੂੰ ਹੌਸਲਾ ਦਿੱਤਾ, ਬਹੁਤ ਸਾਰੇ ਬੱਚਿਆਂ ਨੂੰ ਪ੍ਰੋਫੈਸਰ ਤੱਕ ਲੈ ਕੇ ਆਉਂਦਾ ਪੜ੍ਹਾ ਕੇ। ਅਨੁਸ਼ਾਸਨ ਪੂਰਾ ਰੱਖਦੇ ਸੀ, ਸਵਖ ਤੇ ਉੱਠਣ ਦੀ ਆਦਤ ਸੀ ਉਹਨਾਂ ਦੀ, ਕਿਤਾਬਾਂ ਨਾਲ ਬਹੁਤ ਮੋਹ ਸੀ, ਪਰ ਪਰਿਵਾਰ ਨੂੰ ਬੰਨ ਕੇ ਰੱਖਿਆ। ਬੇਟੇ ਨੂੰ ਵਕਾਲਤ ਜੋ ਪ੍ਰੈਕਟਿਸ ਕਰਦੇ ਹੈ ਮਨਵੀਰ ਦੇ ਇੱਥੇ ਬਠਿੰਡੇ। ਇੱਕ ਔਰਤ ਦੀ ਜ਼ਿੰਦਗੀ 'ਚ ਚੌ ਪਾਸਿਓਂ ਸਟਰਗਲ ਹੁੰਦੀ ਹੈ, ਸੰਘਰਸ਼ ਹੁੰਦੀ ਹੈ, ਪਰ ਫਿਰ ਵੀ ਹੱਸਦੇ ਨੇ। ਕੌਨਫੀਡੈਂਸ ਲੈਵਲ ਜੇਕਰ ਦੇਖੀਏ, ਜਦੋਂ ਬਿਮਾਰੀ ਬੰਦੇ ਨੂੰ ਕੈਂਸਰ ਵਰਗੀ ਹੋ ਜਾਵੇ, ਜਿਹਨੂੰ ਮਾਲਵੇ 'ਚ ਦੂਜਾ ਕਿਹਾ ਜਾਂਦਾ ਸੀ, ਹੁਣ ਤਾਂ ਪਹਿਲਾ ਹੋ ਗਿਆ। ਅਖੀਰਲੇ ਹਫ਼ਤੇ ਤੱਕ ਵੀ ਸੋਸ਼ਲ ਮੀਡੀਆ ਦੇ ਹਾਣੀ ਵੀ ਸੀ, ਇਹ ਉੱਥੋਂ ਉਦੋਂ ਤੱਕ ਵਿਕਟਿਮ ਰਹੇ। ਤੁਹਾਨੂੰ ਲੱਗਦਾ ਹੁੰਦਾ ਹੈ ਕਿ ਇਹਨਾਂ ਦੇ ਬੱਚੇ ਕਿਵੇਂ ਓਲੰਪਿਕਸ ਤੱਕ ਗਏ, ਉਹਨਾਂ ਦਾ ਮਾਨਸਿਕ ਪੱਧਰ ਐਡਾ ਸੀ ਤਾਂ ਗਏ। ਉਸ ਤੋਂ ਬਾਅਦ ਜਦੋਂ ਐਡੀ ਵੱਡੀ ਬੰਦੇ ਨੂੰ ਬਿਮਾਰੀ ਘੇਰ ਲੈਂਦੀ ਹੈ ਅਤੇ ਆਪਦੇ ਆਪ ਨੂੰ ਬਣਾ ਕੇ ਰੱਖਣਾ, ਐਕਟਿਵ ਰਹਿਣਾ ਉਹਨਾਂ ਦੇ ਹਿੱਸੇ ਆਇਆ, ਇੱਕ ਮਾਂ ਦੇ ਹਿੱਸੇ ਆਇਆ। ਇਹ ਚੀਜ਼ਾਂ ਮੈਂ ਤਾਂ ਕਹੀਆਂ ਕਿਉਂਕਿ ਵੀਰਵਾਲ ਦੀ ਮਾਂ ਨੂੰ ਕਹਿੰਦੇ ਪੰਡਤਾਂ ਨੇ ਕਹਿਤਾ ਸੀ, ਉਦੋਂ ਦੇ ਗਿਆਨਵਾਨ ਲੋਕਾਂ ਨੇ ਕਹਿਤਾ ਸੀ ਵੀ ਜੇ ਇੰਨੀਆਂ ਇੰਨੇ ਵੱਜ ਕੇ ਇੰਨੀ ਘੜੀ ਨੂੰ ਇਹ ਜੰਮਿਆ ਤਾਂ ਰਾਜਿਆਂ ਦਾ ਰਾਜਾ, ਵਜ਼ੀਰਾਂ ਦਾ ਵਜ਼ੀਰ ਹੋਊਗਾ। ਤਾਂ ਮਾਂ ਨੇ ਕਿਹਾ ਵੀ ਜੇ ਜੰਮਣਾ ਤਾਂ ਫਿਰ ਇਹੋ ਜਿਹਾ ਪੁੱਤ ਚਾਹੀਦਾ। ਆਪਦੀ ਆਪਦੀਆਂ ਲੱਤਾਂ ਕਿਤੇ ਕਿਲੇ ਦੇ ਆਪਦੇ ਘਰ ਦੇ ਡਾਕਟਰਾਂ ਨਾਲ ਬਣਵਾ ਲਈਆਂ ਸੀ, ਇਹ ਮਾਂ ਹੈ।
ਯਾਨੀ ਵਜ਼ੀਰ ਹੀ ਜਾਣਾ ਹੈ। ਇਹ ਮਾਨਸਿਕ ਅਵਸਥਾ ਹੈ। ਐਵੇਂ ਨਹੀਂ ਕਿਸੇ ਦੇ ਘਰੇ ਕੋਈ ਓਲੰਪੀਅਨ ਪੈਦਾ ਹੁੰਦਾ, ਐਵੇਂ ਘਰੇ ਕਿਸੇ ਦੇ ਘਰੇ ਨਹੀਂ ਕਿ ਪੈਸਾ ਤਾਕਤ ਸ਼ੌਹਰਤ ਦਾ ਮੁਹਤਾਜ ਨਹੀਂ ਹੁੰਦਾ। ਕਿਰਦਾਰ ਇੱਕ ਵੱਖਰੀ ਚੀਜ਼ ਹੁੰਦਾ। ਇਸ ਮਾਂ ਨੇ ਓਲੰਪੀਅਨ ਨਹੀਂ ਪੈਦਾ ਕੀਤੀ ਗੱਲੀ, ਹੁਣ ਪੁਲਿਸ ਅਫਸਰ ਨੇ ਤੇ ਪੰਜਾਬ ਦੇ ਵਿੱਚ ਚੁਣਿੰਦਾ ਲੋਕ ਨੇ ਜਿਹੜੇ ਉਂਗਲਾਂ ਤੋਂ ਵੀ ਘੱਟ ਗਿਣੇ ਜਾਂਦੇ ਆ ਜਿਹਨਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ। ਲੋਕ ਫਿਕਰ ਕਰਦੇ ਆ, ਜ਼ਿਕਰ ਕਰਦੇ ਆ। ਇਹ ਇੱਕ ਮਾਂ ਦੀ ਦੇਣ ਹੈ, ਇਹ ਸੰਸਕਾਰ ਦਿੰਦੇ ਆ ਤੁਹਾਨੂੰ। 1000 ਸਾਲ ਦੀ ਹਿਸਟਰੀ ਦੇ ਵਿੱਚ ਕਿਸੇ ਰਿਚ ਬੰਦੇ ਦਾ ਨਾਂ ਯਾਦ ਹੋ ਜਿਹਦਾ ਲੋਕ ਨਾਂ ਲੈਂਦੇ ਹੋ ਨਾ? ਹਮੇਸ਼ਾ ਕਿਰਦਾਰਾਂ ਦੇ ਲਏ ਜਾਂਦੇ ਆ, ਪੈਸੇ ਵਾਲੇ ਤੇ ਨਹੀਂ ਲਏ ਜਾਂਦੇ। ਕਿਰਦਾਰ ਨੂੰ ਇਹਨਾਂ ਨੇ ਬਿਲਡ ਕਰਕੇ ਰੱਖਿਆ। ਜਦੋਂ ਤੁਹਾਡਾ ਕਿਰਦਾਰ ਸਟਰੋਂਗ ਹੈ, ਤੁਹਾਡੇ ਬੱਚਿਆਂ ਦਾ ਵੀ ਸਟਰੋਂਗ ਹੋਊਗਾ। ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਕਿੱਸੇ ਆਈਆਂ ਤੇ ਮੈਂ ਇਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋਏ ਕੁਝ ਲੋਕਾਂ ਦੇ ਸੁੱਖ ਸੰਦੇਸ਼ ਵੀ ਆਏ ਹੈ, ਉਹਨਾਂ ਦਾ ਮੈਂ ਜ਼ਿਕਰ ਕਰਾਂਗਾ। ਸਭ ਤੋਂ ਪਹਿਲਾਂ ਮੈਂ 2 ਮਿੰਟ ਲਈ ਨਵਦੀਪ ਸਿੰਘ ਗਿੱਲ, ਜਿਹੜੇ ਸਪੋਰਟਸ ਨਾਲ ਵੀ ਜੁੜੇ ਹੋਏ ਲਿਖਦੇ ਵੀ ਨੇ ਅਤੇ ਪਬਲਿਕ ਰਿਲੇਸ਼ਨ ਅਫਸਰ ਹੈ, ਉਹਨਾਂ ਨੂੰ ਕਹੂੰਗਾ ਕਿ ਸਿਰਫ 2 ਮਿੰਟ ਲਈ ਆਉਣ ਅਤੇ ਪਰਿਵਾਰ ਨਾਲ ਅਤੇ ਸੰਗਤ ਨਾਲ ਮੁਖਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਾਜੀ ਦੁਆਜੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੋਤਾ ਸਿੰਘ ਜੀ ਨੇ ਬੜਾ ਵਿਸਤਾਰ ਵਿੱਚ ਦੱਸਿਆ, ਮੈਂ 2 ਮਿੰਟ ਦੇ ਵਿੱਚ ਗੱਲ ਮੁਕਾਵਾਂਗਾ। 2006 ਦੇ ਵਿੱਚ ਜਦੋਂ ਮੈਲਬੋਰਨ ਦੇ ਵਿੱਚ ਅਵਨੀਤ ਨੇ ਗੋਲਡ ਅਤੇ ਸਿਲਵਰ ਮੈਡਲ ਜਿੱਤਿਆ, ਮੈਂ ਟ੍ਰਿਬਿਊਨ ਦੀ ਜਲੰਧਰ ਤੋਂ ਰਿਪੋਰਟਿੰਗ ਕਰਦਾ ਸੀ ਅਤੇ ਮੈਂ ਸਟੋਰੀ ਕਰਨ ਦੇ ਲਈ ਬਠਿੰਡਾ ਵਿਖੇ ਘਰ ਆ ਗਿਆ ਅਤੇ ਇਸ ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੇਰੀ ਮੁਲਾਕਾਤ ਹੋਈ ਤਾਂ ਆਂਟੀ ਜੀ ਦੇ ਨਾਲ ਹੋਈ। ਅੰਤ ਉਦੋਂ ਬਜਾ ਮੈਨੂੰ ਉਦੋਂ ਪਤਾ ਲੱਗਿਆ ਜੇ ਅਵਨੀਤ ਦੀ ਅੱਜ ਅਚੀਵਮੈਂਟ ਆਈ ਆ। ਤੋਤਾ ਸਿੰਘ ਜੀ ਦੱਸ ਰਹੇ ਸਨ ਰਾਹ ਸ਼ੁਰੂ ਕਰਨਾ ਬਹੁਤ ਔਖਾ ਗਾ, ਚੱਲੇ ਹੋਏ ਰਾਹ 'ਤੇ ਚੱਲਣਾ ਬਹੁਤ ਸੌਖਾ ਹੁੰਦਾ ਹੈ। ਜਿਹੜਾ ਬੰਦਾ ਪਹਿਲਾਂ ਚੱਲਦਾ, ਅਵਨੀਤ ਪਹਿਲੀ ਓਲੰਪੀਅਨ ਬਣੀ, ਪਹਿਲੀ ਕਾਮਨਵੈਲਥ ਚੈਂਪੀਅਨ ਬਣੀ, ਪਹਿਲੀ ਪੜ੍ਹਾਈ ਵੀ ਕਿਵੇਂ ਮੇਨਟੇਨ ਕਰਦੀ ਆ, ਤਾਂ ਉਹ ਪਰਿਵਾਰ ਨੂੰ ਮਿਲ ਕੇ ਮੈਨੂੰ ਪਤਾ ਲੱਗਿਆ ਅਵਨੀਤ ਨੂੰ ਜਵਾਬ ਦੇਣ ਦੀ ਲੋੜ ਨਹੀਂ ਸੀ। ਆਂਟੀ ਜੀ ਦਾ ਸੁਭਾਅ ਇੰਨਾ ਨਿੱਘਾ ਸੀ, ਅਕਸਰ ਮੈਂ ਇਹਨਾਂ ਦੇ ਘਰ ਆਉਣਾ ਜਦੋਂ ਵੀ ਤਾਂ ਇਹਨਾਂ ਨਾਲ ਸਮਾਂ ਗੁਜ਼ਾਰਨ ਨੂੰ ਮਿਲਣਾ। ਅਵਨੀਤ ਉਦੋਂ ਕੈਂਪ ਦੇ ਵਿੱਚ ਹੁੰਦੀ ਸੀ ਓਲੰਪਿਕਸ ਦੇ ਅਤੇ ਇਸ ਤੋਂ ਇਲਾਵਾ ਏਸ਼ੀਅਨ ਗੇਮ ਦੇ ਕੈਂਪ 'ਚ ਹੁੰਦੀ ਸੀ। ਆਂਟੀ ਜੀ ਨੇ ਗੱਲਾਂ ਦੱਸਣੀਆਂ ਸ਼ੁਰੂ ਹੁੰਦਾ ਜਿਵੇਂ ਡਰ ਕੇ ਨਹੀਂ ਓਲੰਪੀਅਨ ਬਣਾਉਣ ਦੀ, ਪਰਿਵਾਰ 'ਚ ਉਹਨਾਂ ਨੇ ਦੋਨੇ ਬੱਚਿਆਂ ਨੂੰ ਖਿਡਾਰੀ ਬਣਾਉਣ ਦੀ ਕੋਸ਼ਿਸ਼ ਕੀਤੀ। ਮਨਮੀਤ ਨੇ ਵੀ ਸਟਾਰਟਿੰਗ ਕੀਤੀ। ਅਕਸਰ ਮੌਕਾ ਹਰੇਕ ਨੂੰ ਮਿਲਦਾ ਗਾ ਪਰ ਟੇਲੈਂਟ ਅਤੇ ਡੈਸਟਨੀ ਬਹੁਤ ਅਲੱਗ ਹੁੰਦੀ ਆ, ਕੋਸ਼ਿਸ਼ ਹਰ ਬੱਚਾ ਕਰਦਾ ਗਾ ਪਰ ਓਲੰਪੀਅਨ ਬਣਨ ਦਾ ਕਾਬਲ 4 ਸਾਲਾਂ ਦੇ ਵਿੱਚ ਸਿਰਫ 100 ਕੁ ਬੱਚਿਆਂ ਨੂੰ ਮਿਲਦਾ ਗਾ। ਮਨਮੀਤ ਸਟੱਡੀ ਲਾਈਨ ਚਲਾ ਗਿਆ, ਅਵਨੀਤ ਸਪੋਰਟਸ ਦੇ ਵਿੱਚ ਚਲੀ ਗਈ। ਉਦੋਂ ਉਹਨਾਂ ਨੇ ਮੈਨੂੰ ਦੱਸਿਆ ਕਿਸ ਤਰ੍ਹਾਂ ਇਹ ਕਾਲਜ ਦੇ ਵਿੱਚ ਨਾਲ ਜਾਂਦੀ, ਕਿਸ ਤਰ੍ਹਾਂ ਦਾ ਇੰਟਰਸਟ ਵੀ ਅਵਨੀਤ ਦਾ ਅਤੇ ਉਹਨਾਂ ਦੀ ਹੀ ਅੱਜ ਕਰਕੇ ਅਸੀਂ ਬੈਠੇ ਹਾਂ। ਪੁਲਿਸ ਅਫਸਰ ਵੀ ਆ ਅਵਨੀਤ, ਐਸ ਐਸ ਪੀ ਵੀ ਆ, ਪਰ ਜਿਹੜੀ ਅੱਜ ਖਿਡਾਰੀ ਦੀ ਪਹਿਚਾਣ ਆ ਉਹ ਦੁਨੀਆਂ ਦੇ ਵਿੱਚ ਇਹਨੇ ਨਾ ਖੱਟਿਆ। ਜਦੋਂ ਅਵਨੀਤ ਦਾ ਮੈਡਲ ਆਇਆ ਤਾਂ 2006 ਦੇ ਵਿੱਚ ਬੱਚੀਆਂ ਦਾ ਜਨਮ ਹੋਇਆ ਤਾਂ ਬੱਚੀਆਂ ਦੇ ਨਾਮ ਅਵਨੀਤ ਰੱਖੇ ਗਏ। ਇਹ ਬਹੁਤ ਵੱਡੇ ਮਾਣ ਦੀ ਗੱਲ ਸੀ ਜਦੋਂ ਇੱਕ ਮਾਂ ਦੀ ਬੱਚੀ ਦਾ ਉਹਦੇ ਨਾਮ ਤੇ ਹੋਰ ਬੱਚੀਆਂ ਦੇ ਨਾਮ ਰੱਖੇ ਜਾਣ। ਇਸ ਤਰ੍ਹਾਂ ਦੀ ਉਹ ਪਿਰਤ ਪਾ ਕੇ ਗਏ ਨੇ ਸਾਡੇ ਮਾਲਵੇ ਦੇ ਵਿੱਚ, ਖਾਸ ਕਰਕੇ ਕੁੜੀਆਂ ਨੂੰ ਕਿਸ ਤਰ੍ਹਾਂ ਸਪੋਰਟਸ ਦੇ ਵਿੱਚ ਅੱਗੇ ਲੈ ਕੇ ਜਾਣਾ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਆ। ਐਂਡ ਤੱਕ ਉਹ ਸੋਸ਼ਲ ਮੀਡੀਆ ਦੇ ਵਿੱਚ ਜੁੜੇ ਰਹੇ,
ਮੈਂ ਆਪ ਨੂੰ ਹੈਰਾਨ ਹੋਇਆ ਜਦੋਂ ਆਖਰੀ ਸਮੇਂ ਉਹ ਬਿਮਾਰੀ ਨਾਲ ਜੂਝ ਰਹੇ ਸਨ, ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ, ਨਾ ਹੀ ਕਿਸੇ ਨੂੰ ਮਹਿਸੂਸ ਹੋਣ ਦਿੱਤਾ ਕਿਸ ਤਰ੍ਹਾਂ ਦੀ ਉਹ ਪੀੜਾ ਵਿੱਚੋਂ ਗੁਜ਼ਰ ਰਹੇ ਨੇ। ਆਖਰੀ ਦਿਨ ਜਿਸ ਤਰ੍ਹਾਂ ਉਹਨਾਂ ਨੇ ਉਮੀਦ ਨਾਲ ਗੁਜ਼ਾਰਿਆ, ਪਤਾ ਲੱਗਿਆ ਕਿਸ ਤਰ੍ਹਾਂ ਦੀ ਉਹ ਪੀੜਾ ਸੀ ਸਮਾਜ ਦੀ। ਪਰ ਅੱਜ ਜੇ ਅਸੀਂ ਉੱਥੇ ਬੈਠੇ ਹਾਂ, ਇੰਨੀ ਸਾਫ ਸੰਗਤ ਜੁੜੀ ਹੈ, ਤਾਂ ਸਾਨੂੰ ਅੱਜ ਚੁੱਪ ਪ੍ਰਣ ਲੈਣਾ ਚਾਹੀਦਾ ਗਾ। ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪਰਵਰਿਸ਼ ਦੇਈਏ, ਕਿਉਂਕਿ ਦੁਨੀਆਂ ਤੋਂ ਹਰ ਇੱਕ ਨੇ ਤੁਰ ਜਾਣਾ ਗਾ, ਇੱਥੇ ਕੋਈ ਵੀ ਦੁਨੀਆਂ ਦੇ ਇੱਥੇ ਰਹਿਣਾ ਨਹੀਂ। ਪਰ ਉਹਦੀ ਅਛਿਆਈ ਆ, ਉਹਦੇ ਕਰਮ ਨੇ, ਉਹਦੇ ਸੰਸਕਾਰ ਆ, ਸਾਰੀ ਦੁਨੀਆਂ ਤੱਕ ਯਾਦ ਰਹਿਣਗੇ। ਜਿਸ ਤਰ੍ਹਾਂ ਆਂਟੀ ਜੀ ਨੇ ਕਿ ਪਿੱਤ ਪਾਈ ਪਰਿਵਾਰ ਦੇ ਵਿੱਚ, ਇਸ ਤਰ੍ਹਾਂ ਦਾ ਓਲੰਪੀਅਨ ਪੈਦਾ ਕੀਤਾ, ਸਾਨੂੰ ਇਸ ਤਰ੍ਹਾਂ ਆਪਣੇ ਪਰਿਵਾਰਾਂ ਦੇ ਵਿੱਚ ਮਾਹੌਲ ਪੈਦਾ ਕਰਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਤੋਂ ਬਾਅਦ ਜਦੋਂ ਪਰਿਵਾਰ 'ਚ ਐਡਾ ਵੱਡਾ ਓਲੰਪੀਅਨ ਜਾਂ ਵੱਡਾ ਬੱਚਾ ਕਾਮਯਾਬ ਹੋ ਜਾਂਦਾ, ਅਤੇ ਉਹਨੇ ਹਾਣ ਦਾ ਰਹਿਣਾ ਬਹੁਤ ਔਖਾ ਹੁੰਦਾ। ਇਹ ਇੱਕ ਸਮਾਜ ਦੀ ਕੋਮਨ ਸਮੱਸਿਆ, ਜਦੋਂ ਤੁਹਾਡੇ ਬੱਚੇ ਜਾਂ ਬਾਹਰ ਉੱਠ ਜਾਣ ਜਾਂ ਕਿਸੇ ਰੁਤਬੇ ਦੇ ਪਹੁੰਚ ਜਾਣ, ਮਾਪਿਆਂ ਨੂੰ ਕਈ ਵਾਰੀ ਹਾਣ ਹੀ ਰਹਿਣਾ ਬਹੁਤ ਔਖਾ ਹੋ ਜਾਂਦਾ। ਉਹਨਾਂ ਦੀ ਸਮਝ ਨਾਲ ਮੈਂ ਕਹੂੰਗਾ ਕਿ ਅੱਗੇ ਵੱਧਦੇ ਬੱਚਿਆਂ ਦੇ ਨਾਲ ਰਹਿਣਾ ਕਿਵੇਂ ਹੈ, ਇਹ ਵੀ ਇੱਕ ਸਮਾਜ ਦੀ ਲੋੜ ਹੈ। ਅਤੇ ਮੈਂ ਇਹਨਾਂ ਦੇ ਮਾਪਿਆਂ ਨੂੰ ਬਹੁਤ ਨੇੜਿਓਂ ਦੇਖਿਆ ਹੈ ਕਿ ਇਹਨਾਂ ਨੇ ਸਮੇਂ ਦੇ ਹਾਣੀ ਬਣਿਆ, ਆਪਦੇ ਬੱਚਿਆਂ ਦਾ ਹਾਣ ਮਾਣਿਆ। ਇਹ ਬਹੁਤ ਵੱਡੀ ਸਮੱਸਿਆ ਹੈ ਕਿ ਗਾਂਹ ਵੱਧਦੇ ਉੱਚੇ ਅਸਮਾਨ ਜੁੜਦੇ ਬੱਚਿਆਂ ਨਾਲ ਰਹਿਣਾ ਕਿਵੇਂ ਹੈ। ਇਹਨਾਂ ਨੇ ਬੇਸ਼ੱਕ 1978 ਦੇ ਪੜ੍ਹੇ ਲਿਖੇ ਸੀ, ਅਤੇ ਪਰ ਹਾਣ ਪੂਰਾ ਬੱਚਿਆਂ ਦੇ ਨਾਲ ਮਾਣਿਆ। ਇਹ ਵੀ ਮੈਂ ਇਸ ਮਾਤਾ ਦੀ ਜਿਹੜੀ ਹੈਗੀ ਉਹ ਇੱਕ ਪ੍ਰਾਪਤੀ ਗਿਣੂੰਗਾ। ਹੁਣ ਇਸ ਗੱਲ ਦਾ ਆਪਾਂ ਕੰਪਲੀਟ ਕਰੀਏ ਕਿ ਜਰਨੀ ਹੈ ਜਿਹੜੀ 62 ਸਾਲ ਦੀ, ਉਹ ਪੂਰੇ ਅਨੁਸ਼ਾਸਨ ਵਾਲੇ ਵੀ ਸੀ, ਪੜ੍ਹੇ ਲਿਖੇ ਵੀ ਸੀਗੇ, ਬੱਚਿਆਂ ਨੂੰ ਵੀ ਵਧੀਆ ਸੈੱਟ ਕਰਕੇ ਗਈ ਹੈ। ਹੌਸਲਾ ਕਹਿ ਦਿੰਦੇ ਹਾਂ, ਬਿਮਾਰੀ ਤਾਂ ਹੁੰਦੀ ਆ, ਹੌਸਲਾ ਢਾ ਲੈਂਦਾ, ਹੌਸਲਾ ਵੀ ਤਕੜਾ ਸੀ। ਫਿਰ ਮਸਲਾ ਕੀ ਹੈ? ਫਿਰ ਮਸਲਾ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਰ, ਇਹ ਉਦੋਂ ਸੁਣਦੇ ਹਾਂ ਕੰਨ ਅਤੇ ਅੱਖਾਂ ਬੰਦ ਕਰਕੇ ਸੁਣਦੇ ਹਾਂ। ਤਾਂ ਤੁਹਾਡੇ ਇਨਵਾਇਰਮੈਂਟ ਲੜ ਰਹੇ ਹੈ, ਭਗਤੀ ਭਾਜੀ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸਮਾਨ।